ਚੰਡੀਗੜ੍ਹ ਤੋਂ ਬਾਅਦ ਮਹਾਲੀ ਨੇ ਵੀ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਸੀ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਪਰ ਨਵੀਂ ਕਹਾਣੀ ਸਾਹਮਣੇ ਆਈ ਆ ਕਿ ਗੱਡੀ ਚੰਡੀਗੜ੍ਹ ਦੇ ਵਿੱਚ ਖੜੀ ਆ ਤੇ ਉਸੇ ਸਮੇਂ ਮਹਾਲੀ ਦੇ ਵਿੱਚ ਚਲਾਨ ਕੱਟਿਆ ਜਾਂਦਾ ਜਿਸ ਕਰਕੇ ਕਾਰ ਦਾ ਮਾਲਕ ਪਰੇਸ਼ਾਨ ਆ ਕਿ ਜਦ ਮੈਂ ਉਸ ਸਮੇਂ ਮਹਾਲੀ ਦੇ ਵਿੱਚ ਗਿਆ ਹੀ ਨਹੀਂ ਤੇ ਮੇਰੀ ਗੱਡੀ ਦਾ ਚਲਾਨ ਕਿਵੇਂ ਕੱਟਿਆ ਗਿਆ ਚਲਾਨ ਕੱਟਿਆ ਵੀ ਗਿਆ ਤੇ ਜਿਸ ਦਾ ਚਲਾਨ ਕਟਿਆ ਗਿਆ ਉਸਨੇ ਜੁਰਮਾਨਾ ਵੀ ਭਰ ਦਿੱਤਾ ਪਰ ਹੁਣ ਜਿਸ ਬੰਦੇ ਦੀ ਕਾਰ ਦਾ ਨੰਬਰ ਦੱਸ ਕੇ ਚਲਾਨ ਕਟਿਆ ਗਿਆ ਉਸਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਕਿ ਆਖਰ ਪਤਾ ਕੀਤਾ ਜਾਵੇ ਕਿ ਕਿ ਖੋਰ ਉਸੇ ਨੰਬਰ ਦੀ ਕੋਈ ਗੱਡੀ ਤੇ ਨਹੀਂ ਚਲਦੀ ਚੰਡੀਗੜ੍ਹ ਦੇ ਵਾਸੀ ਨੇ ਉਹਨਾਂ ਨੇ ਹੁਣ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਆਖਰ ਇਸ ਗੱਲ ਦਾ ਪਤਾ ਕੀਤਾ ਜਾਵੇ ਕਿ ਆਖਰ ਨੰਬਰ ਦੋ ਤੇ ਨਹੀਂ ਚੱਲ ਰਿਹਾ ਜਦ ਕਿ ਉਹਨਾਂ ਦਾ ਜਿਹੜਾ ਨੰਬਰ ਆ ਰਜਿਸਟ੍ਰੇਸ਼ਨ ਆ ਉਹ ਚੰਡੀਗੜ੍ਹ ਦੀ ਆ। ਔਰ ਚੰਡੀਗੜ੍ਹ ਵਿੱਚ ਖੜੀ ਗੱਡੀ ਦਾ ਚਲਾਨ ਮਹਾਲੀ ਚ ਇਕੱਟਣ ਦੇ ਨਾਲ ਮਹਾਲੀ ਤੇ ਚੰਡੀਗੜ੍ਹ ਪੁਲਿਸ ਦੋਨੇ ਚਰਚਾ ਵਿੱਚ ਆ ਗਏ ਨੇ ਤੇ ਕਿਸ ਨੇ ਕਾਰ ਦੇ ਜਰੀਏ ਭੁਗਤਾਨ ਵੀ ਕਰ ਦਿੱਤਾ ਪਰ ਜਿਹੜਾ ਮਾਲਕ ਬੋਲਿਆ ਉਹ ਕਹਿ ਰਿਹਾ ਕਿ ਕਾਰ ਤੇ ਮੇਰੀ ਆ ਪਰ ਕਾਰ ਨੰਬਰ ਦਾ ਗਲਤ ਇਸਤੇਮਾਲ ਕਿਤੇ ਹੋ ਰਿਹਾ ਇਸ ਦੀ ਜਾਂਚ ਕਰਨੀ ਬੜੀ ਜ਼ਰੂਰੀ ਹੈ। ਚੰਡੀਗੜ੍ਹ ਦੇ ਸੈਕਟਰ 38 ਚ ਖੜੀ ਇੱਕ ਨੋਵਾ ਕ੍ਰਿਸਟਾ ਗੱਡੀ ਦਾ ਮਹਾਲੀ ਦੇ ਵਿੱਚ ਜਦੋਂ ਚਲਾਨ ਕੱਟਿਆ ਜਾਂਦਾ ਤਾਂ ਗੱਡੀ ਦੇ ਮਾਲਕ ਨੂੰ ਮੈਸੇਜ ਪਹੁੰਚ ਜਾਂਦਾ ਗੱਲ ਸ਼ਨੀਵਾਰ ਦੀ ਹੈ ਉਸ ਤੋਂ ਕੁਝ ਸਮੇਂ ਬਾਅਦ ਹੀ ਚਲਾਨ ਦਾ ਭੁਗਤਾਨ ਵੀ ਹੋ ਜਾਂਦਾ ਉਹ ਵੀ ਉਹਨੂੰ ਮੈਸੇਜ ਮਿਲ ਜਾਂਦਾ ਪਰ ਗੱਡੀ ਦੇ ਮਾਲਕ ਉਮਕਾਤ ਦਾ ਕਹਿਣਾ ਹੈ ਕਿ ਜਿਸ ਸਮੇਂ ਚਲਾਨ ਹੋਇਆ ਉਸ ਸਮੇਂ ਉਹਨਾਂ ਦੀ ਗੱਡੀ ਚੰਡੀਗੜ੍ਹ ਦੇ ਸੈਕਟਰ 38 ਦੇ ਆਫਿਸ ਦੇ ਬਾਹਰ ਖੜੀ ਸੀ। ਔਰ ਉਸ ਸਮੇਂ ਉਹ ਮਹਾਲੀ ਗਏ ਨਹੀਂ ਹੋ ਸਕਦਾ ਕਿ ਕੋਈ ਉਹਨਾਂ ਦੀ ਗੱਡੀ ਦੇ ਨੰਬਰ ਦਾ ਗਲਤ ਇਸਤੇਮਾਲ ਕਰ ਰਿਹਾ ਹੋਵੇ। ਇਸ ਦੀ ਸ਼ਿਕਾਇਤ ਉਹਨਾਂ ਨੇ ਹੁਣ ਮਹਾਲੀ ਪੁਲਿਸ ਨੂੰ ਵੀ ਦੇ ਦਿੱਤੀ ਆ ਤੇ ਚੰਡੀਗੜ੍ਹ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ। ਰਿਕਾਰਡ ਦੇ ਮੁਤਾਬਕ ਮਹਾਲੀ ਦੇ 에어ਪੋਰਟ ਰੋਡ ਤੇ ਟ੍ਰੈਫਿਕ ਜ਼ੋਨ 3 ਵਿਖੇ ਇਹ ਚਲਾਨ ਹੋਇਆ। ਚਲਾਨ ਟ੍ਰੈਫਿਕ ਲਾਈਟ ਜੰਪ ਕਰਨ ਪੁਲਿਸ ਕਰਮਚਾਰੀਆਂ ਦੇ ਨਾਲ ਗਲਤ ਵਿਹਾਰ ਕਰਨ ਅਤੇ ਜਾਣਕਾਰੀ ਦੇਣ ਤੋਂ ਮਨਾਂ ਕਰਨ ਦੇ ਦੋਸ਼ ਦੇ ਵਿੱਚ ਚਲਾਨ ਕੱਟਿਆ ਗਿਆ ਜਦਕਿ ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਜਿਹਾ ਕੁਝ ਹੋਇਆ ਹੀ ਨਹੀਂ ਇਸ ਕਰਕੇ ਨਹੀਂ ਹੋਇਆ ਕਿਉਂਕਿ ਉਸ ਸਮੇਂ ਉਹ ਗੱਡੀ ਚੰਡੀਗੜ੍ਹ ਦੇ ਵਿੱਚ ਹੀ ਤੇ ਨਾ ਹੀ ਉਹ ਉਸ ਸਮੇਂ ਮਹਾਲੀ ਨੂੰ ਗਿਆ ਸੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਕਿ ਆ ਉਹ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਦਫ਼ਤਰ ਤੇ ਨੀੜਲੇ ਇਲਾਕੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਉਹਨਾਂ ਨੂੰ ਵੀ ਚੈੱਕ ਕਰ ਸਕਦੇ ਨੇ ਕਿਉਂਕਿ 2:45 'ਤੇ ਉਹ ਦਫ਼ਤਰ ਤੋਂ ਬਾਹਰ ਗਏ ਹੀ ਨਹੀਂ ਤੇ ਗੱਡੀ ਦਫ਼ਤਰ ਦੇ ਬਾਹਰ ਖੜੀ ਜਦ ਕਿ ਜਦੋਂ ਚਲਾਨ ਕੱਟਿਆ ਗਿਆ ਉਸ ਤੇ ਵੀ ਸਮਾਂ 2:45 ਦੱਸਿਆ ਗਿਆ ਉਹ ਜਿਹੜਾ ਚਲਾਨ ਜਿਹੜਾ ਭੇਜਿਆਗਾ ਉਹਦੇ ਚ ਲਿਖਿਆ ਚਲਾਨ ਪੀਬੀ 222833240210165835 ਇਸ਼ੂ ਅਗੇਂਸਟ ਸੀਐਚ01ਬੀਐਚ0904 ਦਾ ਟੋਟਲ ਚਲਾਨ ਅਮਾਉਂਟ ਇਜ਼ 500 ਫੋਰ ਮੋਰ ਡਿਟੇਲ ਇਹ ਜਿਹੜੀ ਵੈਬਸਾਈਟ ਹੈ ਥੈਂਕਸ ਸਹਿਬ ਜਿਆਦਾ ਅਜੀਤ ਸਿੰਘ ਨਗਰ ਟ੍ਰੈਫਿਕ ਪੁਲਿਸ ਇਹ ਜਿਹੜਾ ਚਲਾਨ ਉਹਨੂੰ ਮੈਸੇਜ ਦੇ ਵਿੱਚ ਆਇਆ ਇਸ ਤੋਂ ਬਾਅਦ ਗੱਡੀ ਦੇ ਮਾਲਕ ਉਮਾਂ ਕਾਂਦੇ ਦੱਸਿਆ ਕਿ ਉਹ ਉਸ ਦਿਨ ਡੇਹੜਾ ਬੱਸੀ ਜ਼ਰੂਰ ਗਏ ਸੀ ਲੇਕਿਨ ਜੀਰਕਪੁਰ ਹੁੰਦੇ ਹੋਏ ਉਹ ਵਾਪਸ ਚੰਡੀਗੜ੍ਹ 2 ਵਜੇ ਆ ਗਏ ਸੀ ਤੇ 2:45 ਮਿੰਟ ਤੋਂ ਬਾਅਦ ਜਦੋਂ ਦਫ਼ਤਰ ਦੇ ਵਿੱਚ ਆਂਦੇ ਨੇ ਤੇ ਦਫ਼ਤਰ ਤੋਂ ਬਾਹਰ ਜਿਹੜੀ ਪਾਰਕਿੰਗ ਹੁੰਦੀ ਹੈ ਉੱਥੇ ਉਹਨਾਂ ਦੀ ਗੱਡੀ ਖੜੀ ਸੀ ਪਰ ਚਲਾਨ ਜਿਸ ਜਗ੍ਹਾ ਤੇ ਹੋਇਆ ਤੇ ਦੱਸਿਆ ਜਾ ਰਿਹਾ ਉਹ 에어ਪੋਰਟ ਰੋਡ ਤੇ ਗਏ ਹੀ ਨਹੀਂ ਤੇ ਫਿਰ ਇਹ ਚਲਾਨ ਕਿਵੇਂ ਹੋ ਸਕਦਾ ਉਧਰ ਚੰਡੀਗੜ੍ਹ ਦੇ ਡੀਸੀਪੀ ਟ੍ਰੈਫਿਕ ਮੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਚਲਾਨ ਸਬੰਧੀ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ 에어ਪੋਰਟ ਰੋਡ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਦੇਖਿਆ ਜਾ ਰਿਹਾ ਉਸ ਤੋਂ ਬਾਅਦ ਹੀ मामले बारे कुछ किया जा सकता है लेकिन एक कंफर्म है कि जिस चालान दी बात की जा रही है वो चालान एयरपोर्ट रोड ट्रैफिक जोन 3 में हुआ और उसका भुगतान भी कर ਦਿੱਤਾ गया इस बाबत जेड़ा पीड़ित अपने आप ਨੂੰ ਦੱਸ ਰਹੇ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਦੇ ਨਾਲ ਦੇ ਨਾਲ ਮਹਾਲੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਇਸ ਗੱਲ ਇਹ ਹੈ ਕਿ ਹੁਣ ਕਿਵੇਂ ਹੋ ਸਕਦਾ ਹੈ ਕਿ ਗੱਡੀ ਦਫਤਰ ਦੇ ਬਾਹਰ ਖੜੀ ਹੈ 2:45 ਮਿੰਟ ਦੀ ਜਿਹੜਾ ਚਲਾਨ ਕਟਿਆ ਜਾਂਦਾ ਉਹ ਵੀ 2:45 ਮਿੰਟ ਤੇ ਕਟਿਆ ਜਾਂਦਾ ਹੈਗਾ। ਉਹਦੇ ਸਮੱਸਿਆ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕੈਮਰਿਆਂ ਦੇ ਵਿੱਚ ਹੇਰਾਫੇਰੀ ਹੋਈ ਹੈ ਜਾਂ ਫਿਰ ਗੱਡੀ ਦਾ ਜਿਹੜਾ ਅਸਲ ਮਾਲਕਾ ਉਦਾਂ ਦਾ ਕੋਈ ਹੋਰ ਸ਼ਹਿਰ ਦੇ ਵਿੱਚ ਗੱਡੀ ਚਲਾ ਰਿਹਾ ਜਾਂ ਨੰਬਰ ਮੋਬਾਈਲ ਦਾ ਵੀ ਕਿਤੇ ਨਾ ਕਿਤੇ ਗਲਤ ਇਸਤੇਮਾਲ ਹੋ ਰਿਹਾ ਇਹ ਇੱਕ ਜਾਂਚ ਦਾ ਵਿਸ਼ਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਲ ਨੇ ਆ ਗਿਆ। ਦੇਖਦੇ ਰਹੋ ABC ਪੰਜਾਬ ਧੰਨਵਾਦ